ਤੁਹਾਨੂੰ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਕਿ ਗੱਲਬਾਤ ਕਰਾਵਾਂਗੇ ਅਮਿਤੋਜ ਮਾਨ ਹੋਰਾਂ ਦੇ ਨਾਲ। ਅਸਲ ਦੇ ਵਿੱਚ ਕਾਫੀ ਤੁਹਾਡੀਆਂ ਮੈਨੂੰ ਕਾਲ ਆਈਆਂ ਔਰ ਤੁਸੀਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਸ ਵੀਡੀਓ ਦਾ ਵੀ ਜ਼ਿਕਰ ਕਰ ਰਹੇ ਹੋ, ਤਾਂ ਇਹ ਵੀਡੀਓ ਮੈਂ ਕਿ ਥੋੜ੍ਹਾ ਅੰਡਰਸਟੈਂਡ ਕਰ ਸਕੀਏ ਕਿ ਅਮਿਤੋਜ ਹੋਰਾਂ ਨਾਲ ਗੱਲਬਾਤ ਕਰਨ ਦਾ ਸਬੱਬ ਕੀ ਹੈ। ਅੱਜ ਕਾਫੀ ਲੰਬੇ ਅਰਸੇ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਹੋ ਰਹੀ ਹੈ, ਤਾਂ ਆਓ ਪਹਿਲਾਂ ਥੋੜ੍ਹਾ ਜਿਹਾ ਹਿੱਸਾ ਇਸ ਵੀਡੀਓ ਦਾ ਸੁਣੀਏ ਅਤੇ ਫਿਰ ਅਮਿਤੋਜ ਮਾਨ ਹੋਰਾਂ ਨਾਲ ਗੱਲਬਾਤ ਕਰੀਏ। ਨਹੀਂ ਆਇਆ ਉਹਨੂੰ ਵੋਟ ਨਹੀਂ ਪਾਉਣੀ, ਉਹ ਜਿਹੜਾ ਬਹਿ ਨਹੀਂ ਸਕਦਾ ਕਿ ਖੜ ਨਹੀਂ ਸਕਦਾ ਉਹ ਪੰਜਾਬ ਤੇ ਪੰਜਾਬੀਅਤ ਨਹੀਂ ਲੜੂਗਾ। ਇੱਕ ਡਰਾਮਾ ਬਣਾ ਰੱਖਿਆ, ਸੇਵਾ ਸੇਵਾ ਨਹੀਂ ਹੁੰਦੀ, ਕੰਮ ਹੁੰਦਾ, ਡਿਊਟੀ ਹੁੰਦੀ ਹੈ ਆਪਦੀ। ਜਿਹੜਾ ਡਿਊਟੀ ਨਹੀਂ ਨਿਭਾਉਂਦਾ ਉਹਨੂੰ ਭਜਾਓ, ਬਾਹਰ ਕੱਢੋ ਉਹਨੂੰ, ਚਾਹੇ ਉਹ MLA ਹੋਵੇ, ਚਾਹੇ ਉਹ ਮਿਨਿਸਟਰ ਹੋਵੇ, ਚੀਫ ਮਿਨਿਸਟਰ ਹੋਵੇ, ਪ੍ਰਧਾਨ ਮੰਤਰੀ ਹੋਵੇ, ਆਊਟ। ਗੁਰੂ ਸਾਹਿਬ ਨੇ ਕਿਹਾ ਸੀ ਨਿੱਜ ਬਲ ਨਾਲ ਰਾਜ ਲੈਣਾ। ਅਸੀਂ ਤਾਂ ਆਪਦੇ ਹੱਕ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਅਸੀਂ ਖੁਦ ਨਹੀਂ ਸਹੀ ਗਏ। ਪਹਿਲਾਂ ਸੁਧਾਰ ਆਪਦੇ ਤੋਂ ਸ਼ੁਰੂ ਹੁੰਦਾ ਹੈ। ਕੀ ਅਸੀਂ ਸੁਧਾਰ ਨਾਲ ਗੱਲ ਕਰ ਰਹੇ ਹਾਂ? ਵਰਨਾ ਇਹਨਾਂ ਦੀ ਮਜਾਲ ਕੀ ਹੈ ਲੀਡਰਾਂ ਦੀ, ਤੁਹਾਡੇ ਨਾਲ ਝੂਠੇ ਮੈਨੀਫੈਸਟੋ ਵਾਅਦੇ ਕਰਕੇ ਨਿਕਲ ਜਾਣ ਤੇ ਤੁਸੀਂ ਇਹਨਾਂ ਤੋਂ ਪੁੱਛੋ ਨਾ। ਪਿੰਡ ਦੇ ਵਿੱਚ ਸਰਪੰਚ ਖਾ ਜਾਂਦਾ ਗਰਾਂਟ, ਕੋਈ ਨਹੀਂ ਬੋਲਦਾ, ਉਦੋਂ ਕਿਉਂ ਨਹੀਂ ਬੋਲਦੇ? ਕਿਉਂ ਵੋਟ ਪਾਉਣੇ ਹੋ ਇਹਨਾਂ ਨੂੰ ਉਦੋਂ ਜਦੋਂ ਆ ਕੇ ਤੁਹਾਡੇ ਨਾਲ, ਉਦੋਂ ਸਾਡਾ ਮਾਸੜ ਆ ਗਿਆ, ਸਾਡਾ ਫੁੱਫੜ ਆ ਗਿਆ, ਵੋਟ ਪਾ ਦਿਓ ਇਹਨੂੰ। ਪੁੱਛੋ ਵੋਟ ਪਾਉਣ ਤੋਂ ਪਹਿਲਾਂ ਪਿਛਲੇ 5 ਸਾਲ ਕੀ ਕੀਤਾ ਹੈ, ਅਗਲੇ 5 ਸਾਲ ਤੁਹਾਡੀ ਪਾਲਿਸੀ ਕੀ ਹੈ, ਤੁਹਾਡੀ ਅਗਲੇ 5 ਸਾਲ ਫਿਰ ਸਰਕਾਰ ਚੁਣਨਗੇ ਪੰਜਾਬ ਦੇ ਲੋਕ, ਕੀ ਵਾਕਈ ਪੁੱਛਣਗੇ ਕਿ ਕੀ ਕੀਤਾ ਪਿਛਲੇ 5 ਸਾਲ? ਬੜਾ ਜਜ਼ਬਾਤੀ ਇਹ ਜਿਹੜੀ ਸਪੀਚ ਹੈ ਅਮਿਤੋਜ ਹੋਰਾਂ ਦੀ, ਅਤੇ ਮੇਰੇ ਨਾਲ ਲਾਈਨ 'ਤੇ ਨੇ ਅਮਿਤੋਜ ਮਾਨ, ਕਿਸੇ ਹੋਰ ਤਾਰੁਫ ਦੀ ਲੋੜ ਨਹੀਂ। ਸੋ ਅਮਿਤੋਜ ਨੇ ਫਿਲਮਾਂ ਵੀ ਬੜੀਆਂ ਖੂਬਸੂਰਤ ਬਣਾਈਆਂ, ਡਾਇਰੈਕਟ ਵੀ ਕੀਤੀਆਂ, ਐਕਟ ਵੀ ਕੀਤਾ, ਔਰ ਆਪਣੀ ਪਰਿਵਾਰ ਦੀ ਲੈਗਸੀ ਨੂੰ ਇਹ ਅੱਗੇ ਲੈ ਕੇ ਚੱਲ ਰਿਹਾ। ਸੋ ਮੇਰੇ ਨਾਲ ਲਾਈਨ 'ਤੇ ਨੇ ਇਸ ਵੇਲੇ ਅਮਿਤੋਜ, ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ ਸਕੂਲ ਜੀ। ਔਰ ਇਹ ਇੰਨਾ ਜੋਸ਼, ਇਹ ਇੰਨਾ ਜਜ਼ਬਾ, ਇਹ ਜਿਹੜੀ ਤੁਹਾਨੂੰ ਪਹਿਲਾਂ ਦੱਸੋ, ਇਹ ਕਿੱਥੇ ਤੁਸੀਂ ਇਹ ਸਪੀਚ ਦੇ ਰਹੇ ਹੋ? ਇਹ ਅਸਲ ਚ ਯੂਨੀਵਰਸਿਟੀ ਦੇ ਵਿੱਚ ਹੈ ਜੀ, ਜੋਸ਼ ਜਾਂ ਜਜ਼ਬਾ ਨਹੀਂ ਕਹਿ ਲਓ, ਮੈਨੂੰ ਤਾਂ ਇਹ ਗੁੱਸਾ ਲੱਗ ਰਿਹਾ ਜੋ ਸਾਡੇ ਨਾਲ ਹੁੰਦੀ ਆ ਰਹੀ ਹੁਣ ਤੱਕ। ਹਾਂ ਹਾਂ, ਜੋ ਸਾਡੇ ਲੋਕ ਵੀ ਜਿਸ ਤਰ੍ਹਾਂ ਨਾਲ ਬਿਹੇਵ ਕਰਦੇ ਆ ਰਹੇ ਨੇ, ਉਹੀ ਰਿਐਕਸ਼ਨ ਹੈ। ਕਿਉਂਕਿ ਮਸਲਾ ਕੀ ਹੁੰਦਾ ਨਾ ਜੀ, ਮਸਲਾ ਸਿਰਫ ਕਿਸੇ ਪ੍ਰਾਈਵੇਟ ਇੰਡੀਵਿਜੁਅਲ ਤੇ ਜਾਂ ਕਿਸੇ ਵੀ ਇੱਕ ਪਾਰਟੀ ਦੇ ਲੁੱਟਣ ਦਾ ਨਹੀਂ ਗਾ, ਮਸਲਾ ਇਹ ਹੈ ਕਿ ਅਸੀਂ ਉਹਨਾਂ ਨੂੰ ਇਹ ਆਗੇ ਹੀ ਨਹੀਂ, ਅਸੀਂ ਉਹਨਾਂ ਨੂੰ ਲਾਇਸੈਂਸ ਦਿੰਦੇ ਹਾਂ ਲੁੱਟਣ ਦਾ ਜਦੋਂ ਅਸੀਂ ਉਹਨਾਂ ਨੂੰ ਵੋਟ ਪਾ ਦਿੰਦੇ ਹਾਂ। ਅਸੀਂ ਉਦੋਂ ਕਿਉਂ ਨੀ ਸੋਚਦੇ ਉਹ ਗੱਲਾਂ ਜਿਹੜੀਆਂ ਫਿਰ 5 ਸਾਲ ਰੌਲਾ ਪਾਉਂਦੇ ਰਹਿੰਦੇ ਹਾਂ, ਆਹ ਨੀ ਉਹ ਨੀ ਫਲਾਨਾ ਮਾੜਾ, ਆਹ ਪਾਲਿਸੀ ਮਾੜੀ, ਜਾਂ ਪਾਲਿਸੀਆਂ ਤਾਂ ਖੈਰ ਅਸੀਂ ਜਾਣਦੀ ਨੀ, ਆਹ ਗੱਲਾਂ ਮਾੜੀਆਂ, ਉਦੋਂ ਨੀ ਸੋਚਦੇ ਅਸੀਂ। ਤਾਂ ਉਹ ਨਾ ਸੋਚਣ ਦੇ ਜਿਹਦੇ ਚ ਮੈਂ ਖੁਦ ਵੀ ਸ਼ਾਮਿਲ ਹਾਂ, ਮੈਂ ਕਹੂੰਗਾ ਅਸੀਂ ਸਾਰੀ ਸ਼ਾਮਿਲ ਹੈ, ਗੁੱਸਾ ਯਾਰ ਆਪਾਂ ਕਿਉਂ ਨੀ ਸੋਚ ਲੈਂਦੇ, ਕਿਉਂ ਨੀ ਅਸੀਂ, ਸਾਨੂੰ ਇਹ ਪਤਾ ਹੁੰਦਾ ਕਿ ਸਾਡੀ ਕਮਾਈ ਕਿੰਨੀ, ਸਾਡਾ ਖਰਚਾ ਕਿੰਨਾ, ਅਸੀਂ ਬੈਟਰ ਕਿਵੇਂ ਕਰ ਸਕਦੇ ਹਾਂ ਆਪਦੇ ਆਪ ਨੂੰ, ਸਾਰੇ ਲੈਵਲ ਤੇ, ਪਿੰਡਾਂ ਦੇ ਲੈਵਲ ਤੇ, ਸ਼ਹਿਰਾਂ ਦੇ ਲੈਵਲ ਤੇ, ਗਵਰਨਮੈਂਟ ਦੇ ਲੈਵਲ ਤੇ, ਪੰਜਾਬ ਦੇ ਲੈਵਲ ਤੇ, ਮੈਨੂੰ ਲੱਗਦਾ ਸੋਚਣਾ ਚਾਹੀਦਾ ਸਾਨੂੰ ਜੀ। ਬਹੁਤ ਹੋ ਗਿਆ, ਜੇ ਕਿਤੇ ਹੋਰ ਕੁਛ ਸਾਲ ਅਸੀਂ ਲੰਘੇ, ਸਾਡੇ ਪੱਲੇ ਕੁਛ ਗਵਾਉਣ ਨੂੰ ਵੀ ਨਹੀਂ ਰਹਿ ਜਾਣਾ, ਜਮਾਂ ਖਾਲੀ ਹੋ ਕੇ ਬਹਿ ਜਾਵਾਂਗੇ, ਫਿਰ ਕੱਖ ਨਹੀਂ ਮਿਲਣਾ ਗਾ ਜੀ। ਅਮਿਤੋਜ, ਇਲੈਕਸ਼ਨ ਦਾ ਹੁਣ ਸਮਾਂ ਆ ਜਾਣਾ, ਉੱਧਰ ਕਿਸਾਨ 9 ਮਹੀਨੇ ਹੋ ਗਏ ਰੁਲਦੇ ਫਿਰਦੇ ਆ ਸੜਕਾਂ 'ਤੇ, ਫਿਰ ਜੇ ਬੋਲਦੇ ਆ ਤਾਂ ਡਾਂਗਾਂ ਮਿਲਦੀਆਂ। ਅੱਛਾ, ਅੱਜ ਵੀ ਲੋਕਾਂ ਨੇ ਜੋ ਕਰ ਸਕਦੇ ਸੀ ਮੋਗਾ ਦੇ ਵਿੱਚ ਵਿਰੋਧ ਕੀਤਾ ਸੁਖਬੀਰ ਬਾਦਲ ਦਾ, ਜਿੱਥੇ ਜਿੱਥੇ ਉਹ ਜਾ ਰਹੇ ਲੋਕ ਵਿਰੋਧ ਕਰ ਰਹੇ ਆ, ਉੱਥੇ ਫਿਰ ਡਾਂਗਾਂ ਹੀ ਪੈਂਦੀਆਂ ਉਹਨਾਂ ਨੂੰ। ਸੋ ਹੁਣ ਲੋਕ ਵਿਚਾਰੇ ਸੜਕਾਂ 'ਤੇ ਤਾਂ ਆਏ ਹੋਏ ਆ, ਗੁੱਸਾ ਵੀ ਲੋਕਾਂ ਦੇ ਵਿੱਚ ਹੈ, ਪਰ ਉਹਨਾਂ ਨੂੰ ਕੋਈ ਰਸਤਾ, ਡਾਇਰੈਕਸ਼ਨ ਨਜ਼ਰ ਨਹੀਂ ਆ ਰਹੀ ਕਿ ਜਾਣ ਕਿੱਧਰ ਨੂੰ। ਅਸੀਂ ਹਰ ਗੱਲ ਇਸ ਗੱਲ ਨਾਲ ਜੋੜ ਲੈਂਦੇ ਹਾਂ ਕਿ ਸਰਕਾਰ ਕੌਣ ਬਣਾਊਗੀ ਤਾਂ ਪਾਰਟੀ ਵੋਟ ਕਿਹਨੂੰ ਪਾਉਣੀ ਹੈ ਜੀ। ਮੈਨੂੰ ਤੁਸੀਂ ਇਹ ਦੱਸੋ, ਆ ਤੁਸੀਂ ਕੈਨੇਡਾ ਚੋਂ, ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਆ ਜਾਣ, ਲਿਬਰਲ ਆ ਜਾਣ, ਤੁਹਾਡੇ ਵੀ ਇਲੈਕਸ਼ਨ ਹੋਣ ਵਾਲੀ ਹੈ, ਤੁਹਾਡੇ NPP ਆ, ਜਿਹੜੀ ਵੀ ਤੁਸੀਂ ਆ ਜੀ, ਤੁਸੀਂ ਮੈਨੂੰ ਦੱਸੋ ਉਹ ਪੰਜਾਬ ਵਾਲਾ ਹਾਲ ਕਰਨਗੇ ਨਹੀਂ ਕਰਨਗੇ ਨਾ, ਜਾਂ ਹਿੰਦੁਸਤਾਨ ਵਾਲਾ ਹਾਲ ਕਰਨਗੇ ਨਹੀਂ ਕਰਨਗੇ, ਉਹਦੀ ਵਜ੍ਹਾ ਕੀ ਹੈ? ਉਹਦੀ ਇੱਕੋ ਇੱਕ ਵਜ੍ਹਾ ਹੈ ਕਿ ਜੋ ਤੁਸੀਂ ਵੋਟ ਪਾਉਣ ਵਾਲੇ ਹੋ ਸਾਰੇ ਸਮਝਦਾਰੀ ਨਾਲ ਵੋਟ ਪਾਉਂਦੇ ਹੋ, ਤੁਸੀਂ ਪਾਲਿਸੀਜ਼ ਦੀ ਗੱਲ ਕਰਦੇ ਹੋ। ਇੱਥੇ ਜਦੋਂ ਅਸੀਂ ਵੋਟ ਪਾਉਂਦੇ ਹਾਂ ਅਸੀਂ ਕਿਸੇ ਪਾਲਿਸੀ ਦੀ ਨਹੀਂ ਗੱਲ ਕਰਦੇ, ਉਦੋਂ ਸਾਡਾ ਮਾਸੜ ਫੁੱਫੜ ਆ ਜਾਂਦਾ, ਉਦੋਂ ਸਾਡਾ ਕੋਈ ਥਾਣੇਦਾਰ ਦਾ ਕੰਮ ਯਾਦ ਆ ਜਾਂਦਾ, ਜਾਂ ਅਸੀਂ ਹੋਰ ਮਾਮਲਿਆਂ 'ਚ ਸਾਡੀ ਲਾਗਡਾਟ ਖੜੀ ਹੋ ਜਾਂਦੀ ਹੈ, ਫਲਾਨਾ ਬੰਦਾ ਉੱਧਰ ਹੈ ਤਾਂ ਮੈਂ ਇੱਧਰ ਹੋ ਜਾਣਾ, ਉਦੋਂ ਨਹੀਂ ਅਸੀਂ ਸੋਚਦੇ। ਜਦਕਿ ਕੈਨੇਡਾ 'ਚ ਇਹੀ ਲੋਕ ਜਾ ਕੇ ਕੋਈ ਗੱਲ ਨਹੀਂ ਸੋਚਦੇ,
कदे तुसीं पाया ले भी मेरा दुश्मन आ लिबरल नूं पा रहा तां मैं दूजे नूं पा लिया, नहीं तुसीं सोचदे हो पॉलिसी कीदी बैटर है जी। साडा मसला ही आ सही करना, हुण तुसीं क्या किसान रुल रहे ने, इहदे चों तिन्नां चों दो बिल उह ने जो सीधे स्टेट दे वल लाउंदे सीगे जां ग्रे एरिए च सी, पर साडियां जिहड़ियां पार्टियां सी की इहनां ने साडी फैडरलिज्म दी जां स्टेटां दे राइट्स दी रक्षा कीती नहीं कीती, और इह कोई अज दी गल थोड़ी है, आ जिहड़ा तुहाडे नहर दा वी टक लग्गिया सी इह किहड़ी पार्टी ने लवाया, उदों जां उदों पहलां तों आ जाओ पिछे तों आ जाओ, असीं किसे वी गल ते असीं कदे वी इन्हों वोट पाने तो पहला यह गल् सोचिया ने जुछिया ने जिसकस कीतिया ने जर्चा की है नहीं, सो उन्होंने गल कर जरूरत है, सानू यह कुछ नहीं करना पेगा जे असी सिर्फ और सिर्फ वोट पाने वेले कम से कम, क्योंकि देखो पार्टियां सही नहीं हो सकदियां, असी पार्टी जोड़ लेंगे ना आप बंदे सही नहीं हो सकते, एक प्राइवेट इंडिविजुअल कोई चंगा भी हो सकता माड़ा भी हो सकता, पर जदों इन्हों चुनन वाले सही हो गए, जदों हुण जिवें हो रहा तुसीं मैनूं कहा मोगे दे विच आ विरोध होया, कल नूं किसे कांग्रेस दा हो जूगा, परसों आप दा हो जूगा, छेवें किसे होर दा हो जूगा, जदों असीं इन्हां नूं इह पुछण लग गए खड़ा के फिर इन्हां नूं कहांगे आ साडे मुद्दे आ, इन्हां नूं आपदे मैनीफेस्टो च लैके आओ और इहदी इक टाइमलाइन फिक्स करो, फिर इह बंदे बनणगे। मैं अज भी कहूंगा जितण वाले नालों भी जरूरी हुंदा जिताउण वाला, जिताउण वाले असीं हैं, असीं क्यों नहीं सोचदे यार आप क्यों नहीं एक पिंड च बह के, हुण मैं जिवें इह चीज जिहड़ी तुसीं मैनूं स्पीच मैं ही बोली सी मैं सुन रहा सी, हुण उह च मैं की कह रहा कि पिंड दा सरपंच जदों ग्रांट खांदा उह तां कोई एमएलए नहीं गा, उह तां किसे पार्टी नूं बिलोंग नहीं करदा, उह तां साडे पिंड दा ही हुंदा, असीं क्यों नहीं पुछदे उहनूं, असीं ग्राम सभा दे नाते उहनूं सस्पेंड करवा सकदे हैं, असीं उदों साडे कोल राइट है ग्राम सभा दे लैवल ते, पर असीं नहीं करदे सारा कुछ, सानूं उह चीज़ां करनियां पैणगियां, कोई होर नहीं आऊगा आसमान तों हरी सिंह नलुआ जां सराभा, इह सानूं ही करना पैना, सानूं ही बनना पैना, और सब तो पहला इह किसे पार्टी च एमएलए बन के नहीं हो सकता, इह वैसे भी आपके हकों के प्रति जागरूक होके जिहदे ते पहरा दे के हो सकता, सौखा ही काम है औखा काम नहीं, पर सिर्फ इहदा इनिशिएटिव लेना पऊगा, ठीक सोचना पऊगा इहदे बारे जी। अमितोज इह जिहड़ा किसान अंदोलन चल रहा है असीं पूरा कवर कर रहे हैं, राजेवाल साहब सारे नाल गलबात हुंदी रहिंदी है रैगूलरली सारिआं नाल, जिथे बड़ा कुछ अच्छा लगा कि बड़ा कुछ नवे सिरे असी देखिया, जिहड़ी सुती हुई जमीर जागी है पंजाबियों की और बाकी मुल्क की जगाई उन्होंने, एक बड़ी चंगा पहलू नज़र यह भी आया कि जिहड़ा पंजाब का नौजवान है जिहड़ा कहिंदे सी नशे च गर्क गया जिहदा हुण कख नहीं रहना कुछ बन नहीं सकता खत्म हो गया पंजाब की जवानी खत्म हो गई, उन्होंने जो जिस तरह उस मोर्चे जाके जो उन्हों का रोल है जो उन्हों का योगदान है और तुहाडे वर्गे बहुत सारे कलाकार सारे लोग जिहड़े बुद्धिजीवी लोग भी गए आ उत्थे एक नवीं लहर देख रहे हैं, सो भगत सिंह होरी सराभा तुसीं जिहनां दे जिक्र कर रहे हो ऊधम सिंह ये वह लोग सी जिन्होंने आजादी की लड़ाई दे विच उस वेले कुर्बानियां दित्तियां, एक ऐसी चेतना एक ऐसी लहर इन्होंने पैदा की, लगता है कि पंजाब का नौजवान मुड़ तो उस पासे नूं तुर सकदा है। देखो मैनूं सब तो पहला जो मैं गया सी उत्थे मैनूं खुशी इस गल दी होई सी ਉਹ ਪਹਿਲਾਂ ਬਾਅਦ ਮਤਲਬ ਪਿਛਲੇ ਸਾਲ ਐਂਡ ਦੇ ਵਿੱਚ ਜੀ ਉਹ ਚ ਸਭ ਤੋਂ ਅਹਿਮ ਗੱਲ ਇਹ ਆ ਸੀਗੀ ਕਿ ਸਾਡਾ ਨੌਜਵਾਨ ਜਿਹੜਾ ਉੱਥੇ ਪਹੁੰਚਿਆ ਜਾਂ ਉੱਥੇ ਜਿੰਨੇ ਵੀ ਬਾਕੀ ਲੋਕ ਹੁੰਦੇ ਸੀ ਨੌਜਵਾਨਾਂ ਦੇ ਨਾਲ ਬਾਕੀ ਵੀ ਮਿਡਲ ਏਜਡ ਵੀ ਜਿੰਨੇ ਸੀਗੇ ਉਹਨਾਂ ਦੇ ਗੱਲਾਂ ਬਾਤਾਂ ਦੇ ਮੁੱਦੇ ਬਦਲ ਗਏ ਸੀ, ਇਹ ਸਭ ਤੋਂ ਖੁਸ਼ੀ ਦੀ ਗੱਲ ਸੀਗੀ। ਉਹ ਕਿਸੇ ਹੁਣ ਹਥਿਆਰਾਂ ਗੱਡੀਆਂ ਦੀ ਨਹੀਂ ਗੱਲ ਕਰ ਰਹੇ ਸੀ ਉੱਥੇ ਬਹਿ ਕੇ ਉਦੋਂ, ਉਹ ਬਲਕਿ ਉੱਥੇ ਬੈਠ ਕੇ ਸਾਡੇ ਹੱਕ ਕੀ ਸੀ ਯਾਰ, ਇਹ ਬਿੱਲ ਕਿਵੇਂ ਬਣੇ, ਬਿੱਲਾਂ ਬਾਰੇ ਡਿਸਕਸ਼ਨ ਹੋਣ ਲੱਗ ਗਈ ਸੀ, ਪਾਰਲੀਮੈਂਟ ਦੇ ਕੀ ਰਾਈਟਸ ਹੁੰਦੇ ਨੇ, ਸਟੇਟ ਦੇ ਕੀ ਹੁੰਦੇ ਨੇ, ਅਸੈਂਬਲੀ ਕਿਵੇਂ ਚੁਣ, ਮਤਲਬ ਉਹ ਗੱਲਾਂ ਜਿਹੜੀਆਂ ਕਦੇ ਵੀ ਡਿਸਕਸ ਨਹੀਂ ਕੀਤੀਆਂ ਗਈਆਂ ਸੀ ਉਹ ਹੋਣ ਲੱਗ ਗਈਆਂ ਸੀ ਉੱਥੇ, ਔਰ ਇਹ ਇੱਕ ਬੜੀ ਖੁਸ਼ੀ ਦੀ ਗੱਲ ਸੀਗੀ। ਉਹ ਤੋਂ ਬਾਅਦ ਥੋੜਾ ਥੋੜਾ ਵਿੱਚ ਅੰਦਰੋਂ ਚ ਉਤਰਾਵ ਚੜਾਵ ਆਉਂਦੇ ਰਹਿੰਦੇ ਨੇ, ਕੁਛ ਗਲਤੀਆਂ ਵੀ ਹੁੰਦੀਆਂ ਨੇ ਕੁਛ ਖੂਬੀਆਂ ਵੀ ਹੁੰਦੀਆਂ ਨੇ, ਉਹ ਚੱਲਦਾ ਰਹਿੰਦਾ, ਉਹ ਵੱਡੇ ਅੰਦੋਲਨਾਂ ਦਾ ਹਿੱਸਾ ਹੈ, ਬਟ ਇਹਦੇ ਨਾਲ ਸਾਨੂੰ ਜ਼ਿੰਦਗੀ ਜਿਉਣਾ ਆ ਜਾਂਦਾ। ਦੇਖੋ ਤੁਸੀਂ, ਤੁਹਾਨੂੰ ਮੈਂ ਛੋਟੀਆਂ ਜਿਹੀਆਂ ਗੱਲਾਂ ਹੁੰਦਾ, ਕਿਸੇ ਜ਼ਮਾਨੇ ਦੇ ਵਿੱਚ ਕਾਲਜ ਦੇ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਇਲੈਕਸ਼ਨ ਹੁੰਦੇ ਸੀ, ਲੋਕਾਂ ਨੂੰ ਲੱਗਦਾ ਹੁੰਦਾ ਸੀ ਯਾਰ ਯੂਨੀਵਰਸਿਟੀ ਕਾਲਜਾਂ 'ਚ ਇਲੈਕਸ਼ਨ ਕਿਉਂ ਹੁੰਦੇ ਨੇ, ਤਾਂ ਵੇਸਟ ਜੋ ਮਤਲਬ ਫਾਲਤੂ 'ਚ ਪੜ੍ਹਦੇ ਲਿਖਦੇ ਮੁੰਡਿਆਂ ਨੂੰ ਲੜਾਉਣ ਵਾਲੀ ਗੱਲ ਹੈ, ਨਹੀਂ ਲੜਾਉਣ ਵਾਲੀ ਨਹੀਂ ਸੀ, ਇਹ ਇੱਕ ਬਹੁਤ ਕਿਸੇ ਨੇ ਬਹੁਤ ਪਹਿਲੇ ਜ਼ਮਾਨੇ 'ਚ ਸੋਚ ਕੇ ਇਹ ਗੱਲ ਚਲਾਈ ਸੀ। ਸਾਡੇ ਨਵੇਂ ਲੀਡਰ ਉੱਥੋਂ ਨਿਕਲ ਕੇ ਆਉਂਦੇ ਸੀ, ਨਵੀਆਂ ਗੱਲਾਂ ਆਉਂਦੀਆਂ ਸੀ, ਨਵੇਂ ਇਸ਼ੂ ਆਉਂਦੇ ਸੀ ਔਰ ਉਹਨਾਂ ਨੂੰ ਸਮਝ ਆਉਂਦੀ ਸੀ ਉਹਨਾਂ ਨੂੰ ਡੀਲ ਕਰਨ ਦੀ, ਉਹ ਅਸੀਂ ਬੰਦ ਕਰਤੇ। ਅੱਜ ਤੁਸੀਂ ਵੇਖ ਲਓ ਕਿਹੜੀ ਲੀਡਰਸ਼ਿਪ ਹੈ ਜਿਹੜੀ ਉਹਨਾਂ ਸਕੂਲ ਜਾਂ ਸੋਰੀ ਕਾਲਜ ਜਾਂ ਯੂਨੀਵਰਸਿਟੀਆਂ 'ਚੋਂ ਨਿਕਲ ਰਹੀ ਹੈ ਜੀ। ਉਸੇ ਤਰ੍ਹਾਂ ਨਾਲ ਬਹੁਤ ਸਾਰੇ ਹੋਰ ਮੁੱਦੇ ਸੀ ਇਹੋ ਜਿਹੇ ਜਿਹੜੇ ਨਹੀਂ ਹੋ ਰਹੇ ਸੀ ਅੱਛੇ ਤਰੀਕੇ ਨਾਲ, ਨਹੀਂ ਹੋ ਰਹੀਆਂ ਸੀ ਉਹ ਗੱਲਾਂ, ਉਹ ਹੋਣ ਲੱਗ ਗਈਆਂ ਉੱਥੇ। ਅੱਜ ਤੁਸੀਂ ਪਿੰਡਾਂ 'ਚ ਚਲੇ ਜਾਓ, ਸੱਥ ਨਾਂ ਦਾ ਕਲਚਰ ਹੀ ਖਤਮ ਹੋ ਗਿਆ,
ਮੁੜਾਂ ਤੇ ਲੋਕ ਵਹਿੰਦੇ ਸੀ ਉਹ ਖਤਮ ਹੋ ਗਿਆ ਆ ਸੋਸ਼ਲ ਮੀਡੀਆ ਜਾਂ ਲੈ ਕੇ ਬੈਠੇ ਰਹਿੰਦੇ ਨੇ ਫੋਨ ਅੱਜ ਕੱਲ੍ਹ ਲੋਕ ਉਹ ਚਰਚਾ ਖਤਮ ਹੋ ਗਈ ਹੈ ਉਹ ਚਰਚਾ ਸ਼ੁਰੂ ਹੋ ਗਈ ਸੀ ਉੱਥੇ ਬੈਠ ਕੇ ਔਰ ਉਹਦੇ ਚਰਚੇ ਦੇਖੋ ਜਦੋਂ ਤੁਸੀਂ ਚਰਚਾ ਕਰੋਗੇ ਨਾ ਉਹਦੇ ਵਿੱਚੋਂ ਬੜਾ ਕੁਛ ਨਿਕਲਦਾ ਚਰਚਾ ਦੇ ਵਿੱਚੋਂ ਬਹੁਤ ਕੁਛ ਨਿਕਲਦਾ ਔਰ ਉਹ 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 ਚਰਚਾ ਚਲਾਉਣੀ ਬਹੁਤ ਜ਼ਰੂਰੀ ਸੀ ਇਸ ਅੰਦੋਲਨ ਨੇ ਉਹ ਚਰਚਾ ਚਲਾ ਦਿੱਤੀ ਠੀਕ ਔਰ ਉਹ ਚਰਚਾ ਜਦੋਂ ਚੱਲਦੀ ਹੈ ਉਹਦੇ ਮਾਈਨਸ ਵੀ ਹੁੰਦਾ ਹੈ ਪਲੱਸ ਵੀ ਹੁੰਦਾ ਹੈ ਚੰਗੇ ਮੁੰਡੇ ਵੀ ਆਉਂਦੇ ਨੇ ਮਾੜੇ ਵੀ ਆਉਂਦੇ ਨੇ ਪਰ ਚਰਚਾ ਤਾਂ ਜ਼ਰੂਰੀ ਹੈ ਨਾ ਆਪਾਂ ਘਰ ਨੂੰ ਵੀ ਚਲਾਉਣੇ ਆਪਾਂ ਚਰਚਾ ਹੋ ਗਿਆ ਵੀ ਕੋਠੀ ਕਿਹਦੀ ਵੱਡੀ ਗੱਡੀ ਕਿਹਦੀ ਵੱਡੀ ਉਹ ਫਿਰ ਚੰਗੇ ਮਾੜੇ ਦੀ ਚਰਚਾ ਕਰਦੇ ਹਾਂ ਕਿ ਯਾਰ ਆਹ ਚੰਗਾ ਹੈ ਆਹ ਮਾੜਾ ਹੈ ਇਹਨੇ ਚੰਗੇ ਕੰਮ ਨਾਲ ਅਰਜਿਤ ਸਾਰਾ ਕੁਛ ਇਹਨੇ ਮਾੜੇ ਕੰਮ ਨਾਲ ਕੀਤਾ ਇਸ ਅੰਦੋਲਨ ਨੇ ਸ਼ੁਰੂ ਕਰਤੀ ਔਰ ਬਹੁਤ ਹੀ ਵੱਡਾ ਅੱਜ ਜੋ ਆਹ ਪਿੰਡਾਂ ਚ ਘੇਰ ਰਹੇ ਨੇ ਜਾਂ ਸ਼ਹਿਰਾਂ ਚ ਘੇਰ ਰਹੇ ਨੇ ਇਹ ਉਸੇ ਦੀ ਨਿਸ਼ਾਨੀ ਹੈ ਠੀਕ ਹੈ ਤੇ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਯਾਰ ਇਹ ਤਾਂ ਸਾਨੂੰ ਲੁੱਟਦੇ ਰਹੇ ਨੇ ਹੁਣ ਤੱਕ ਜਾਂ ਇਹ ਸਾਡੇ ਮੁੱਦੇ ਜਿਹੜੇ ਹੋਣੇ ਚਾਹੀਦੇ ਸੀ ਇਹਨਾਂ ਨੇ ਚੱਕੇ ਕਿਉਂ ਨਹੀਂ ਆਹ ਹਾਲਾਤ ਕਿਉਂ ਕ੍ਰੀਏਟ ਹੋਇਆ ਇਹ ਇੱਕ ਡੈਮੋਕ੍ਰੇਸੀ ਦਾ ਬਹੁਤ ਹੀ ਹੈਲਦੀ ਪਹਿਲੂ ਹੈ ਕਿਉਂਕਿ ਸਾਡੇ ਲੋਕ ਕਈ ਵਾਰੀ ਉਦੋਂ ਰਿਐਕਟ ਕਰਦੇ ਨੇ ਜਦੋਂ ਉਹ ਕੁੱਟਣ ਘਟਾਉਣ ਤੇ ਆ ਜਾਂਦੇ ਨੇ ਥੈਂਕ ਗੋਡ ਇਸ ਅੰਦੋਲਨ ਨੇ ਉਹ ਸਥਿਤੀ ਤੋਂ ਪਹਿਲੇ ਲੋਕਾਂ ਨੂੰ ਜਗਾਤਾ ਇਸ ਲਈ ਲੋਕ ਅੱਜ ਕੱਲ੍ਹ ਘੇਰ ਰਹੇ ਨੇ ਮੈਂ ਕਈਆਂ ਨੂੰ ਵੀ ਕਿਹਾ ਕਿ ਭਜਾਓ ਨਹੀਂ ਘੇਰੋ ਔਰ ਘੇਰ ਕੇ ਉਹਨਾਂ ਨਾਲ ਡਿਸਕਸ਼ਨ ਕਰੋ ਉਹਨਾਂ ਨੂੰ ਕਹੋ ਕਿ ਯਾਰ ਸਾਡੇ ਤਾਂ ਆਹ ਮੁੱਦੇ ਸੀ ਤੁਸੀਂ ਕੀ ਕਰਦੇ ਰਹੇ ਹੁਣ ਤੱਕ ਚਲੋ ਉਹ ਹੋ ਗਿਆ ਹੁਣ ਕੀ ਕਰੂੰਗੇ ਉਹ ਦੱਸੋ ਜਾਂ ਸਾਥੋਂ ਪੁੱਛੋ ਸੋ ਇਹ ਇੱਕ ਚਰਚਾ ਜਿਹੜੀ ਸ਼ੁਰੂਆਤ ਕੀਤੀ ਨਾ ਇਸ ਅੰਦੋਲਨ ਦਾ ਇਹ ਬਹੁਤ ਵੱਡੀ ਦੇਣ ਹੈ ਸੈਣੀ ਸਾਹਿਬ ਕਦੇ ਵੀ ਮੰਨ ਕੇ ਚੱਲਿਓ ਜੇ ਕੱਲੀ ਇੱਕ ਜਿੱਤ ਹੀ ਨਹੀਂ ਹੁੰਦੀ ਗੀ ਅੰਦੋਲਨਾਂ ਨਾਲ ਕੌਮਾਂ ਜਾਗਦੀਆਂ ਨੇ ਠੀਕ ਹੈ ਦੇਸ਼ ਜਾਗਦੇ ਨੇ ਸਟੇਟ ਜਾਗਦੇ ਨੇ ਇਹ ਇਹ ਕੌਮ ਨੂੰ ਜਗਾਤਾ ਇਹ ਨੇ ਅੰਦੋਲਨ ਨੇ ਅੱਜ ਲੋਕਾਂ ਨੂੰ ਸਮਝ ਆ ਗਈ ਜੇ ਗਵਰਨਮੈਂਟ ਨਾਲ ਲੜਨਾ ਤਾਂ ਦੇਖੋ ਉਸ ਨਾਲ ਨਾਲ ਸੁਖਸਤੀਆਂ ਵੀ ਹੁੰਦੀਆਂ ਨੇ ਚੱਲਦਿਆਂ ਹੋਇਆਂ ਜਦੋਂ ਗਲਤੀਆਂ ਹੁੰਦੀਆਂ ਨੇ ਤਾਂ ਤੁਸੀਂ ਉਸ ਤੋਂ ਸਿੱਖਦੇ ਹੋ ਆ ਯੂਰਪ ਵਿੱਚ ਦੋ ਵਰਲਡ ਵਾਰਾਂ ਹੋਈਆਂ ਨੇ ਤਬਾਹ ਹੋ ਗਏ ਸੀ ਫਿਰ ਆ ਕੇ ਨੰਬਰ 1 ਬਣ ਕੇ ਆ ਕੇ ਅੱਜ ਵੀ ਤੁਸੀਂ ਵੈਸਟਰਨ ਵਰਲਡ ਵੱਲ ਵੇਖ ਲਓ ਤੁਸੀਂ ਵੀ ਕਿਵੇਂ ਹੋਇਆ ਉੱਜੜਦੇ ਹੋ ਤਾਂ ਤੁਹਾਨੂੰ ਵਸਣ ਦਾ ਸ਼ੌਰ ਆ ਜਾਂਦਾ ਵਸਣ ਦਾ ਤਰੀਕਾ ਆ ਜਾਂਦਾ ਉਸੇ ਤਰ੍ਹਾਂ ਨਾਲ ਅੰਦੋਲਨਾਂ 'ਚ ਜਦੋਂ ਤੁਸੀਂ ਚੱਲ ਰਹੇ ਹੁੰਦੇ ਹੋ ਢਹਿ ਜਾਂਦੇ ਹੋ ਤਾਂ ਤੁਹਾਨੂੰ ਢਾਉਣ ਦਾ ਵੀ ਤਰੀਕਾ ਆ ਜਾਂਦਾ ਇੱਕ ਪੈਂਦੀ ਹੋ ਤਾਂ ਤੁਹਾਨੂੰ ਚੜ੍ਹਨ ਦਾ ਵੀ ਤਰੀਕਾ ਆ ਜਾਂਦਾ ਕਿ ਘੋੜੇ 'ਤੇ ਚੜ੍ਹਨਾ ਕਿਵੇਂ ਸੋ ਇਹ ਚੀਜ਼ਾਂ ਜਦੋਂ ਰਵਾਨਗੀ 'ਚ ਹੁੰਦੇ ਆ ਨਾ ਉਦੋਂ ਆਉਂਦੀਆਂ ਤੇ ਇਸ ਅੰਦੋਲਨ ਨੇ ਇੱਕ ਚੰਗੀ ਗੱਲਾਂ ਦੀ ਰਵਾਨਗੀ ਸਾਨੂੰ ਦੁਬਾਰਾ ਦੇਤੀ ਹੈ ਜਾਂ ਬਖਸ਼ਤੀ ਹੈ ਜਿਹਨੂੰ ਅਸੀਂ ਅਪਣਾ ਕੇ ਅੱਜ ਆ ਸਾਰੇ ਬੰਦਿਆਂ ਨੂੰ ਪੁੱਛ ਰਹੇ ਹਾਂ ਕਿ ਹੁਣ ਦੱਸੋ ਵੀ ਆਹ ਗੱਲ ਕਰੋ ਸਾਡੇ ਨਾਲ ਸਾਡਾ ਮੁੱਦਾ ਤਾਂ ਆ ਹੈ ਸੋ ਇੱਕ ਬੜੀ ਅੱਛੀ ਦੇਣ ਹੈ ਇਸ ਅੰਦੋਲਨ ਦੀ ਇਸੇ ਲਈ ਅਸੀਂ ਸਾਰੇ ਜਾਂ ਹੋਰ ਜਿਸ ਵੀ ਬੰਦੇ ਨੂੰ ਤੁਸੀਂ ਕਹਿ ਲਓ ਉੱਥੇ ਸਾਂਝ ਪਾਉਣ ਵੀ ਜਾਂਦੇ ਹਾਂ ਸਿੱਖਣ ਵੀ ਜਾਂਦੇ ਹਾਂ ਸਿਖਾਉਣ ਵੀ ਜਾਂਦੇ ਹਾਂ ਚਰਚਾ ਦਾ ਮਤਲਬ ਵੀ ਆਹ ਹੁੰਦਾ ਕਿ ਚਾਰ ਗੱਲਾਂ ਸਿੱਖੋ ਦੋ ਕਹੋ ਤਾਂ ਜੋ ਉਹਦੇ ਨਾਲ ਇੱਕ ਵੱਡਾ ਮਾਨਸਿਕਤਾ ਤਿਆਰ ਹੋ ਜੇ ਕਿ ਸਾਡੇ ਸਟੇਟ ਨੂੰ ਸਾਡੀ ਕੌਮ ਨੂੰ ਸਾਡੇ ਦੇਸ਼ ਨੂੰ ਆਹ ਚੀਜ਼ ਅੱਗੇ ਲਿਜਾ ਸਕਦੀ ਹੈ ਠੀਕ ਉਹ ਹੋ ਰਿਹਾ ਠੀਕ ਹੈ ਔਰ ਅਮਤੋਜ ਕਿਸੇ ਕਲਾਕਾਰ ਲਈ ਉਹਦੀ ਆਪਣਾ ਪਲੇਟਫਾਰਮ ਸਭ ਤੋਂ ਵਧੀਆ ਹੁੰਦਾ ਹੈ ਪੱਤਰਕਾਰ ਹੋਵੇ ਤਾਂ ਉਹਦੇ ਕੋਲ ਆਪਣਾ ਪਲੇਟਫਾਰਮ ਹੈ ਤੁਸੀਂ ਇੱਕ ਅੱਛੇ ਕਲਾਕਾਰ ਹੋ ਫਿਲਮਾਂ ਬਣਾਉਂਦੇ ਹੋ ਫਿਲਮਾਂ 'ਚ ਐਕਟ ਕੀਤਾ ਹੈ ਇੱਕ ਤੁਹਾਡੇ ਕੋਲ ਬੜਾ ਅੱਛਾ ਪਲੇਟਫਾਰਮ ਹੈ ਔਰ ਤੁਸੀਂ ਬੜਾ ਬਖੂਬੀ ਮੈਨੂੰ ਅਜੇ ਵੀ ਯਾਦ ਆ ਜਦੋਂ ਤੁਸੀਂ ਹਵਾਏ ਫਿਲਮ ਬਣਾਈ ਸੀ ਬੜਾ ਸੈਂਸਿਟਿਵ ਮੁੱਦਾ ਸੀ ਕੋਈ ਉਸਨੂੰ ਹੱਥ ਪਾ ਕੇ ਰਾਜ਼ੀ ਨਹੀਂ ਸੀ ਉਸ ਇਸ਼ੂ ਨੂੰ ਪਰ ਤੁਸੀਂ ਬੜੀ ਬਹੁਤ ਬਖੂਬੀ ਦੇ ਨਾਲ ਫਿਲਮ ਬਣਾਈ ਔਰ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੀ ਦੁਨੀਆ ਦੇ ਵਿੱਚ ਨਾਮ ਵੀ ਮਿਲਿਆ ਔਰ ਲਗਾਤਾਰ ਤੁਸੀਂ ਅੱਛੀਆਂ ਅੱਛੀਆਂ ਫਿਲਮਾਂ ਬਣਾ ਰਹੇ ਹੋ ਗੱਦਾਰ ਬਹੁਤ ਕਾਮਯਾਬ ਤੁਹਾਡੀ ਫਿਲਮ ਰਹੀ ਤਾਂ ਹੁਣ ਆਉਣ ਵਾਲਾ ਕੋਈ ਪ੍ਰੋਜੈਕਟ ਕਿਉਂਕਿ ਤੁਸੀਂ ਬੜੇ ਨੇੜੇ ਹੋ ਇਸ ਅੰਦੋਲਨ ਨੂੰ ਦੇਖ ਰਹੇ ਹੋ ਜੋ ਬਦਲ ਰਹੀਆਂ ਪਰਿਸਥਿਤੀਆਂ ਉਹਨਾਂ ਨੂੰ ਦੇਖ ਰਹੇ ਹੋ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਜੈਕਟ ਤੁਹਾਡਾ ਆ ਰਿਹਾ ਹੋਵੇ ਇੱਕ ਤਾਂ ਜੀ ਰੈਡੀ ਹੋ ਚੁੱਕਿਆ ਬਸ ਆ ਕਰੋਨਾ ਕਰਕੇ ਰੁਕਿਆ ਸੀ ਉਹ ਤਾਂ ਖੈਰ ਇੱਕ ਫੋਕ ਟੇਲ ਹੈ ਸੁੱਚਾ ਸਿੰਘ ਸੂਰਮਾ ਅੱਛਾ ਜੀ ਸੁੱਚਾ ਸੂਰਮਾ ਜਿਹੜਾ ਮਸ਼ਹੂਰ ਹੈ ਸਾਡੇ ਇੱਕ ਸੌ ਬਣ ਚੁੱਕੀ ਹੈ ਇੱਕ ਹੁਣ ਜਿਹੜੀ ਮੈਂ ਫਿਲਮ ਲਿਖ ਰਿਹਾ ਜਾਂ ਬਣਾਉਣ ਜਾ ਰਿਹਾ ਇੱਕ ਤੋਂ ਦੋ ਫਿਲਮਾਂ ਨੇ ਉਹ ਇਹਨੂੰ ਵੀ ਇਸ ਪੱਖ ਨੂੰ ਵੀ ਲਿਆ ਜਾਊਗਾ ਠੀਕ ਹੈ ਜੋ ਅਸੀਂ ਅੰਦੋਲਨ ਹੋਏ ਹਾਂ ਅੱਜ ਦੀ ਡੇਟ 'ਚ ਅੰਦੋਲਨ ਹੋਣਾ ਜਿਹੜਾ ਅੰਦਰੋਂ ਅੰਦੋਲਨ ਹੋਣਾ ਨਾ ਸੈਣੀ ਸਾਹਿਬ ਜੀ ਬਹੁਤ ਵੱਡੀ ਗੱਲ ਹੈ ਮੈਂ ਉੱਥੇ ਹਮੇਸ਼ਾ ਨਾ ਹੁੰਦਾ ਕਿ ਜਿਹੜਾ ਵੀ ਬੰਦਾ ਜਾਵੇ ਉਹ ਕੋਈ ਪੋਲੀਟਿਕਸ ਲਈ ਨਹੀਂ ਜਾ ਰਿਹਾ ਗਾ ਜਾਂ ਪਬਲਿਕਲੀ ਬੋਲੇ ਉਹ ਕੋਈ ਪੋਲੀਟਿਕਸ ਲਈ ਨਹੀਂ ਜਾ ਰਿਹਾ ਹਰ ਬੰਦੇ ਦੀ ਜਿਵੇਂ ਤੁਸੀਂ ਰਿਐਕਟ ਕਰਦੇ ਹੋ ਇੱਥੇ ਬਹਿ ਕੇ ਅਸੀਂ ਵੀ ਤਾਂ ਰਿਐਕਟ ਕਰਨਾ ਮੇਕ ਕਰਨਾ ਵੀ ਹਰ ਮਹਿਕਮੇ ਵਾਲੇ ਬੰਦੇ ਨੇ ਰਿਐਕਟ ਕਰਨਾ ਹੈ ਠੀਕ ਜਦੋਂ ਅਸੀਂ MLA MP ਮਿਨਿਸਟਰ ਦੀਆਂ ਦੌੜਾਂ ਤੋਂ ਬਾਹਰ ਹੋ ਕੇ ਸੋਸ਼ਲ ਵਰਕ ਕਰਨ ਲੱਗ ਜਾਂਗੇ ਨਾ ਸਾਰੇ ਬੰਦੇ
ਤਾਂ ਸਮਝੋ ਉਦੋਂ ਅਸੀਂ ਤਰੱਕੀ ਕਰਨ ਲੱਗ ਜਾਂਦੇ ਹਾਂ, ਕਿਉਂਕਿ ਅਸੀਂ ਹਰ ਗੱਲ ਨੂੰ ਇਸੇ ਗੱਲ ਨਾਲ ਜੋੜ ਲਿਆ ਇਲੈਕਸ਼ਨ ਨਾਲ। ਇਹ ਨਹੀਂ ਹੋਣਾ ਚਾਹੀਦਾ ਗਾ। ਹਰ ਬੰਦਾ ਆਪਦਾ ਕੰਮ ਵੀ ਕਰੇ, ਆਪਦਾ ਜੋ ਵੀ ਉਹ ਡਿਊਟੀ ਕਰ ਰਿਹਾ, ਚਾਹੇ ਉਹ ਫਿਲਮਸ ਬਣਾ ਰਿਹਾ ਹੋਵੇ, ਚਾਹੇ ਜਰਨਲਿਸਟ ਹੋਵੇ, ਚਾਹੇ ਬਿਜ਼ਨਸ ਹੋਵੇ, ਨਾਲ ਨਾਲ ਆ ਕੰਮ ਵੀ, ਕਿਉਂਕਿ ਜਾਗਦੇ ਰਹਿਣਾ ਬਹੁਤ ਜ਼ਰੂਰੀ ਹੈ। ਔਰ ਜਾਗਦੀਆਂ ਕੌਮਾਂ ਰਿਐਕਟ ਕਰਦੀਆਂ ਨੇ, ਜਾਗਦੇ ਲੋਕ ਰਿਐਕਟ ਕਰਦੇ ਨੇ। ਕੁਛ ਵੀ ਖੱਬੇ ਸੱਜੇ ਹੋਵੇ ਉਹਨੂੰ ਰਿਐਕਟ ਕਰੋ। ਉਸੇ ਤਰ੍ਹਾਂ ਨਾਲ ਚਾਹੇ ਉਹ ਕਲਾਕਾਰ ਹੋਵੇ, ਚਾਹੇ ਬਿਜ਼ਨਸਮੈਨ ਹੋਵੇ, ਉਹ ਰਿਐਕਟ ਕਰੇ। ਸੋ ਆਪਾਂ ਅਸੀਂ ਰਿਐਕਟ ਕਰ ਰਹੇ ਹਾਂ, ਔਰ ਰਿਐਕਟ ਕਰਾਂਗੇ ਤਾਂ ਤੁਸੀਂ ਮੰਨ ਕੇ ਚੱਲੋ ਜੇ ਕੁਛ ਵੀ ਖਰਾਬ ਨਹੀਂ ਹੋਊਗਾ। ਇਹ ਰਿਐਕਟ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਇਹ ਡਿਊਟੀ ਸਿਰਫ ਪੋਲੀਟੀਸ਼ੀਅਨਾਂ ਦੀ ਜਾਂ ਰਾਜਨੀਤਿਕ ਲੋਕਾਂ ਦੀ ਨਾ ਲਾ ਦਈਏ। ਇਹਨਾਂ ਨੇ ਕੁਛ ਨਹੀਂ ਕਰਨਾ ਗਾ, ਨਾ ਹੀ ਇਹਨਾਂ ਨੇ ਕੀਤਾ। ਜਦੋਂ ਅਸੀਂ ਰਿਐਕਟ ਕਰਾਂਗੇ ਤਾਂ ਸਾਡੇ ਰਿਐਕਸ਼ਨ ਨੂੰ ਵੇਖ ਕੇ ਇਹ ਰਿਐਕਟ ਕਰਨਗੇ। ਸੋ ਰਿਐਕਟ ਕਰੋ, ਆਪਦੇ ਕੰਮ ਰਾਹੀਂ ਰਿਐਕਟ ਕਰੋ, ਔਰ ਵੈਸੇ ਵੀ ਜੋ ਬੋਲ ਸਕਦੇ ਹੋ ਉਹ ਵੀ ਬੋਲੋ। ਬਹੁਤ ਬਹੁਤ ਸ਼ੁਕਰੀਆ ਅਮਿਤੋਜ, ਬਹੁਤ ਬਹੁਤ ਸ਼ੁਕਰੀਆ। ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੀ ਚਿਣਕ ਤੁਹਾਡੇ ਅੰਦਰ ਹੈ ਔਰ ਜੋ ਤੁਹਾਡੇ ਕੋਲ ਸਮਝ ਹੈ, ਮਾਧਿਅਮ ਵੀ ਹੈ, ਪਰ ਉਹਦੇ ਨਾਲ ਨਾਲ ਜਿਸ ਤਰ੍ਹਾਂ ਤੁਸੀਂ ਪਬਲਿਕਲੀ ਵੀ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ, ਇਹ ਬੜਾ ਵੱਡਾ ਤੁਹਾਡਾ ਆਪਣਾ ਵੀ ਇੱਕ ਯੋਗਦਾਨ ਹੈ। ਔਰ ਤੁਹਾਨੂੰ ਅਸੀਂ ਸ਼ੁਭ ਇਸ਼ਾਵਾਂ ਦਿੰਦੇ ਹਾਂ। ਔਰ ਸੁੱਚਾ ਸੂਰਮਾ ਫਿਲਮ ਬੜੀ ਅੱਛੀ ਬਣੀ ਹੈ ਜੀ, ਮੈਨੂੰ ਕੁਛ ਕਲਾਕਾਰ ਹੈ ਜਿਨ੍ਹਾਂ ਨੇ ਉਹਦੇ 'ਚ ਕੰਮ ਕੀਤਾ ਹੈ, ਗੁਰਪ੍ਰੀਤ ਬੜਾ ਪਿਆਰਾ ਸਾਡਾ ਅਜੀਜ਼ ਹੈ, ਬੜੇ ਸਾਰੇ ਹੋਰ ਲੋਕਾਂ ਨੇ ਦੱਸਿਆ ਕਿ ਬੜੀ ਖੂਬਸੂਰਤ ਫਿਲਮ ਬਣ ਕੇ ਤਿਆਰ ਆ। ਮੈਨੂੰ ਸਾਰੇ ਦੱਸ ਰਹੇ ਹੈ ਕਿ ਜਦੋਂ ਫਿਲਮ ਆਏਗੀ ਥੋੜ੍ਹਾ ਪ੍ਰਮੋਟ ਜ਼ਰੂਰ ਕਰਿਓ। ਅਮਿਤੋਜ ਮੌਕਾ ਦੇਣਾ, ਜਦੋਂ ਫਿਲਮ ਰਿਲੀਜ਼ ਕਰੋਗੇ ਜੀ ਜਾਨ ਨਾਲ ਤੁਹਾਡੀ ਫਿਲਮ ਨੂੰ ਪ੍ਰਮੋਟ ਕਰਾਂਗੇ ਇੱਥੇ, ਠੀਕ ਹੈ? ਡੈਫੀਨੇਟਲੀ ਡੈਫੀਨੇਟਲੀ। ਗੁਰਪ੍ਰੀਤ ਨੇ ਉਹਦੇ ਡਾਇਲੋਗਸ ਵੀ ਲਿਖੇ ਨੇ, ਐਕਟ ਵੀ ਕੀਤਾ, ਔਰ ਉਹਦੇ ਨਾਲ ਜੁੜਿਆ ਹੋਇਆ ਮੁੰਡਾ, ਇਹਨੂੰ ਪਤਾ ਸਾਰੀ ਚੀਜ਼ ਦਾ। ਬਹੁਤ ਬਿਹਤਰੀਨ ਫਿਲਮ ਬਣੀ, ਕਿਉਂਕਿ ਜਦੋਂ ਪੀਰੀਅਡ ਫਿਲਮ ਹੁੰਦੀ ਹੈ ਨਾ ਜੀ, ਪੀਰੀਅਡ 'ਚ ਹਮੇਸ਼ਾ ਮੰਨ ਕੇ ਚੱਲੋ ਕਿ ਜਾਂ ਤਾਂ ਉਹ ਚੰਗੀ ਬਣਦੀ ਜਾਂ ਖਰਾਬ ਬਣਦੀ, ਵਿੱਚ ਵਿਚਾਲਾ ਨਹੀਂ ਹੁੰਦਾ ਗਾ। ਚਲੋ, ਲੇਕਿਨ ਇਹ ਇੱਕ ਅਜਿਹੀ ਫਿਲਮ ਬਣੀ ਜਿਹਨੂੰ ਵੇਖ ਕੇ ਲੱਗੂਗਾ ਕਿ ਪੀਰੀਅਡ ਫਿਲਮਾਂ ਐਂ ਬਣਨੀਆਂ ਚਾਹੀਦੀਆਂ। ਚਲੋ ਜੀ, ਤੁਹਾਨੂੰ ਸ਼ੁਭ ਇਸ਼ਾਵਾਂ ਸੁੱਚਾ ਸੂਰਮਾ ਲਈ, ਆਉਣ ਵਾਲੇ ਹੋਰ ਪ੍ਰੋਜੈਕਟਸ ਲਈ, ਔਰ ਤੁਹਾਡੇ ਨਾਲ ਫਿਰ ਜਲਦੀ ਗੱਲ ਕਰਾਂਗੇ। ਅਮਿਤੋਜ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।